ਲੋਹੜੀ ਦੇ ਮੌਕੇ ਤੇ ਆਂਗਨਵਾੜੀ ਬੱਚਿਆਂ ਦੀ ਦੇਖਭਾਲ ਲਈ ਅੱਗੇ ਆਏ ਦਸਵੰਧ ਗਰੁੱਪ ਦੇ ਮੈਂਬਰ ਕੀ ਕਿਹਾ, ਆਓ ਜਾਣਦੇ ਹਾਂ ਉਹਨਾਂ ਤੋਂ। ਸਰ, ਮੈਂ ਅੱਜ ਦੇ ਮੌਕੇ ਤੇ ਇਹ ਕਹਿਣਾ ਚਾਹੁੰਦੀ ਹਾਂ ਕਿ ਪਹਿਲੇ ਜ਼ਮਾਨੇ ਵਿੱਚ ਲੋਕ ਮੁੰਡਿਆਂ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਸੀਗੇ, ਕੁੜੀਆਂ ਨੂੰ ਬਹੁਤ ਘੱਟ ਦਿੰਦੇ ਸੀਗੇ, ਅਤੇ ਕੁੜੀਆਂ ਦੇ ਨਾਲ ਮਤਲਬ ਬਹੁਤ ਜ਼ਿਆਦਾ ਫਰਕ ਕੀਤਾ ਜਾਂਦਾ ਸੀਗਾ। ਅਤੇ ਸਾਡਾ ਜਿਹੜਾ ਮਹਿਕਮਾ ICDS ਮਹਿਕਮਾ ਹੈ, ਇਹ ਕੁੜੀਆਂ ਨੂੰ ਵੀ ਬਰਾਬਰ ਦਾ ਦਰਜਾ ਦਿੰਦਾ ਹੈ ਕਿ ਕੁੜੀਆਂ ਦੀ ਜਿੱਦਾਂ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ, ਇੱਦਾਂ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਵੇ, ਕਿ ਕੁੜੀਆਂ ਦੇ ਮਨਾਂ ਦੇ ਵਿੱਚ ਇਹ ਨਾ ਹੋਵੇ ਕਿ ਸਾਡੇ 'ਚ ਫਰਕ ਕੀਤਾ ਜਾਂਦਾ ਹੈ। ਕਿਉਂਕਿ ਕੁੜੀ ਜਿਹੜੀ ਬੇਟੀ ਆ, ਉਹ ਕਦੇ ਵੀ ਕਿਤੇ ਵੀ ਫੀਲਡ ਵਿੱਚ ਬੇਟੇ ਤੋਂ ਕਿਸੇ ਵੀ ਲੜਕੇ ਤੋਂ ਪਿੱਛੇ ਨਹੀਂ ਹੈਗੀ। ਉਹ ਹਰ ਫੀਲਡ ਵਿੱਚ, ਹਰ ਜਗ੍ਹਾ, ਹਰ ਥਾਂ 'ਤੇ, ਆਰਮੀ ਹੈ, ਏਅਰਫੋਰਸ, ਕੋਈ ਵੀ ਜਿਹੜਾ ਡਿਪਾਰਟਮੈਂਟ ਹੈ, ਕੁੜੀ ਕਿਤੇ ਵੀ ਪਿੱਛੇ ਨਹੀਂ ਹੈਗੀ। ਬੇਟੀ ਉਹ ਸਭ ਕੰਧੇ ਨਾਲ ਕੰਧਾ ਮਿਲਾ ਕੇ ਬਰਾਬਰ ਬੇਟੇ ਦੇ ਨਾਲ ਦੇ ਬਰਾਬਰ ਆਪਣੇ ਮਾਂ ਬਾਪ ਨੂੰ ਵੀ ਬਰਾਬਰ ਦੇਖਦੀ ਹੈ, ਹਾਲਾਂਕਿ ਇੰਨਾ ਬੇਟਾ ਨਹੀਂ ਦੇਖਦਾ ਜਿੰਨਾ ਕਿ ਬੇਟੀ ਦੇਖਦੀ ਹੈ। ਇਸ ਕਰਕੇ ਸਾਡੇ ਮਹਿਕਮੇ ਦਾ ਇਹੀ ਹੈਗਾ ਵੀ ਜਿਹੜੇ ਵੀ ਮਤਲਬ ਕਿ ਕੁੜੀ ਨੂੰ ਵੀ ਬਰਾਬਰ ਦਾ ਹੀ ਹੱਕ ਦਿੱਤਾ ਜਾਵੇ। ਇਸ ਕਰਕੇ ਅਸੀਂ ਮੁੰਡਿਆਂ ਦੀ ਤਾਂ ਲੋਹੜੀ ਮਨਾਉਂਦੇ ਨਹੀਂ ਹੈਗੇ, ਉਹ ਤਾਂ ਸਾਰੇ ਲੋਕ ਆਪਣੇ ਆਪਣੇ ਘਰਾਂ 'ਚ ਮਨਾਉਂਦੇ ਹਨ, ਪਰ ਸਾਡਾ ਮਹਿਕਮਾ ਜਿਹੜਾ ਨਾ ਕੁੜੀ ਨੂੰ ਜ਼ਿਆਦਾ ਕਰਕੇ ਪ੍ਰੈਫਰੈਂਸ ਦੇਣ ਦੇ ਕਾਰਨ ਅਸੀਂ ਕੁੜੀਆਂ ਦੀ ਲੋਹੜੀ ਹਰ ਵਾਰੀ ਆਪਣੇ ਸੈਂਟਰ 'ਚ ਮਨਾਉਂਦੇ ਹਾਂ। ਦਸਵੰਧ ਗਰੁੱਪ ਲਈ ਕੀ ਕਹਿਣਾ ਚਾਹੋਗੇ? ਦਸਵੰਧ ਗਰੁੱਪ ਲਈ ਇਹੀ ਕਹਿਣਾ ਚਾਹਾਂਗੇ ਕਿ ਜਿੱਦਾਂ ਅਸੀਂ ਇਸ ਮੁਹੱਲੇ ਵਿੱਚ ਕਾਫੀ 2007 ਤੋਂ ਸਾਡੇ ਸੈਂਟਰ ਚੱਲ ਰਹੇ ਆ, ਵੀ ਸਾਨੂੰ ਕਦੀ ਕਿਸੇ ਨਾਲ ਇੱਦਾਂ ਮਤਲਬ ਮੇਰਾ ਇੱਧਰ ਸੈਂਟਰ ਕਰਕੇ ਸਾਨੂੰ ਕਦੀ ਕਿਸੇ ਨਾਲ ਉਹ ਨਹੀਂ ਕੀਤਾ ਸੀਗਾ ਵੀ ਅਸੀਂ ਵੀ ਇਹਦੇ ਵਿੱਚ ਹੈਗੇ ਹਾਂ, ਥੋੜ੍ਹਾ ਜਿਹਾ ਸਾਡੇ ਨਾਲ ਫਰਕ ਜਿਹਾ ਕੁ ਹੁੰਦਾ ਸੀਗਾ। ਫਿਰ ਇਹਨਾਂ ਨੇ ਸਾਡੇ ਨਾਲ ਸਾਨੂੰ ਮਤਲਬ ਦੇਖਿਆ ਕਿ ਇਹਨਾਂ ਸਾਡੇ ਸੈਂਟਰ ਦੇ ਬੱਚੇ ਨੀਚੇ ਬੈਠਦੇ ਨੇ, ਸਾਨੂੰ ਇਹਨਾਂ ਨੇ ਕੁਰਸੀਆਂ ਦਿੱਤੀਆਂ, ਅਤੇ ਹੋਰ ਵੀ ਜੇ ਮਤਲਬ ਕੋਈ ਸਾਨੂੰ ਸਹੂਲਤ ਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਸਾਡੀ ਪੂਰੀ ਕਰਦੇ ਨੇ। ਤੁਸੀਂ ਆਂਗਣਵਾੜੀ 'ਚ ਕਿੰਨੇ ਬੱਚੇ ਨੇ ਇਸ ਟਾਈਮ 'ਤੇ? ਮੇਰੇ ਕੋਲ ਇਸ ਟਾਈਮ ਪ੍ਰੈਜੈਂਟ ਬੱਚੇ 28 ਨੇ, 28 ਬੱਚੇ ਨੇ। ਹਾਂਜੀ, ਅੱਜ ਅਸੀਂ ਸ਼ਹੀਦ ਭਗਤ ਸਿੰਘ ਨਗਰ ਧਾਂਦਰ ਰੋਡ ਸੈਂਟਰ ਨੰਬਰ 1 ਵਿੱਚ ਆਂਗਨਵਾੜੀ ਵਿੱਚ ਬੱਚਿਆਂ ਦੀ ਲੋਹੜੀ ਲਈ ਬੁਲਾਏ ਗਏ। ਸਾਨੂੰ ਬਹੁਤ ਵਧੀਆ ਲੱਗਿਆ ਕਿ ਇਸ ਤਰ੍ਹਾਂ ਦੇ ਪਹਿਲਾਂ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀਗੀ ਅਤੇ ਹੁਣ ਛੋਟੀਆਂ ਲੜਕੀਆਂ ਦੀ ਬੱਚਿਆਂ ਦੀ ਲੋਹੜੀ ਮਨਾਈ ਜਾਂਦੀ ਹੈ, ਔਰ ਬਹੁਤ ਵਧੀਆ ਉਪਰਾਲਾ ਇਹ। ਮੈਂ ਧੰਨਵਾਦ ਕਰਦਾ ਇਹਨਾਂ ਦਾ, ਇਹਨਾਂ ਨੇ ਸਾਨੂੰ ਬੁਲਾ ਕੇ ਇੰਨੀ ਇੱਜ਼ਤ ਦਿੱਤੀ, ਸਾਡਾ ਮਾਣ ਸਤਿਕਾਰ ਵਧਾਇਆ, ਅਤੇ ਅਸੀਂ ਵੀ ਇਹਨਾਂ ਨੂੰ ਭਰੋਸਾ ਦਿੰਦੇ ਹਾਂ ਕਿ ਜਦੋਂ ਵੀ ਕਦੇ ਲੋੜ ਪੈਂਦੀ ਕਿਸੇ ਚੀਜ਼ ਦੀ ਵੀ, ਛੋਟੇ ਬੱਚਿਆਂ ਲਈ ਆਂਗਨਵਾੜੀ ਵਿੱਚ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ, ਤਾਂ ਅਸੀਂ ਇਹਨਾਂ ਦੀ ਹੈਲਪ ਲਈ ਹਾਜ਼ਰ ਹਾਂ। ਥੈਂਕ ਯੂ।